ਬੱਚਾ ਨਹੀਂ ਛੱਡਿਆ, ਮੈਂ ਉਹਨੂੰ ਜ਼ਿੰਦਾ ਦੇਖਣਾ ਚਾਹੁੰਦੀ ਕਿ ਉਹਨੂੰ ਜਲਦੀ ਤੋਂ ਜਲਦੀ ਉਹਨੂੰ ਖਤਮ ਕਰ ਦੋ। 2.5 ਸਾਲ ਦੀ ਮਾਸੂਮ ਸੋਹਣੀ ਜਿਹੀ ਨਿੱਕੀ ਜਿਹੀ ਦਿਲਰੋਜ਼ ਨੂੰ ਕਿਸ ਤਰ੍ਹਾਂ ਬੇਦਰਦੀ ਦੇ ਨਾਲ ਖਤਮ ਕੀਤਾ ਗਿਆ ਇਹ ਹਰ ਕੋਈ ਜਾਣਦਾ ਹੈ। ਇਸ ਪੂਰੀ ਘਟਨਾ ਨੂੰ ਲੈ ਕੇ ਹੁਣ ਸੁਣਵਾਈ ਪੂਰੀ ਹੋ ਚੁੱਕੀ ਹੈ ਅਤੇ ਉਸ ਭੂਆ ਨੂੰ ਦੋਸ਼ੀ ਵੀ ਕਰਾਰ ਦਿੱਤਾ ਗਿਆ, ਜਿਸ ਨੂੰ ਕਿ ਦਿਲਰੋਜ਼ ਆਪਣੇ ਸੋਹਣੇ ਜਿਹੇ ਮੂੰਹ ਦੇ ਨਾਲ ਤੋਤਲੀ ਆਵਾਜ਼ ਦੇ ਵਿੱਚ ਭੂਆ ਭੂਆ ਕਹਿੰਦੀ ਹੁੰਦੀ ਸੀ। ਫਿਲਹਾਲ ਇਹ ਦਰਦ ਭਰੀ ਗੱਲਾਂ ਨੇ, ਪਰ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਪਰਿਵਾਰ ਦੇ ਵੱਲੋਂ ਇਹੀ ਅਪੀਲ ਅਤੇ ਅਰਦਾਸ ਕੀਤੀ ਜਾ ਰਹੀ ਹੈ ਕਿ ਨੀਲਮ ਨੂੰ ਬਖਸ਼ਿਆ ਨਾ ਜਾਵੇ, ਉਸ ਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ। ਇਸ ਮੌਕੇ 'ਤੇ ਉਸਦੇ ਪਿਤਾ ਦੇ ਵੱਲੋਂ ਹਰਪ੍ਰੀਤ ਸਿੰਘ ਦੇ ਵੱਲੋਂ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ, ਜਿੱਥੇ ਉਹ ਹਰ ਵਾਰ ਆਪਣੀ ਧੀ ਦਿਲਰੋਜ਼ ਦੀਆਂ ਫੋਟੋ ਵੀਡੀਓਜ਼ ਪਾ ਕੇ ਉਸਨੂੰ ਯਾਦ ਕਰਦੇ ਨੇ ਅਤੇ ਕਹਿੰਦੇ ਨੇ ਕਿ ਪੁੱਤ ਵਾਪਸ ਆ ਜਾ। ਉੱਥੇ ਹੀ ਹੁਣ ਇੱਕ ਅਰਦਾਸ ਕੀਤੀ ਗਈ ਹੈ ਕਿ ਉਸ ਨੀਲਮ ਨੂੰ ਸਜ਼ਾ ਦਿੱਤੀ ਜਾਵੇ। ਤੁਸੀਂ ਸਾਰੇ ਵੀ ਅਰਦਾਸ ਕਰੋ ਅਤੇ ਤੁਸੀਂ ਕੀ ਚਾਹੁੰਦੇ ਹੋ ਕਿ ਉਸ ਔਰਤ ਨੂੰ ਕੀ ਸਜ਼ਾ ਮਿਲਣੀ ਹੈ, ਕਮੈਂਟ ਕਰਕੇ ਜ਼ਰੂਰ ਦੱਸਿਓ। ਕਿ ਨੀਲਮ ਉਸਨੂੰ ਚੀਜ਼ ਦਿਵਾਉਣ ਦੇ ਬਹਾਨੇ ਆਪਣੇ ਨਾਲ ਸਕੂਟਰ 'ਤੇ ਬਿਠਾ ਕੇ 5 ਕਿਲੋਮੀਟਰ ਦੂਰ ਜਲੰਧਰ ਬਾਈਪਾਸ ਦੇ ਨੇੜੇ ਲੈ ਜਾਂਦੀ ਹੈ। ਉੱਥੇ ਜਾ ਕੇ ਖਾਲੀ ਪੇ ਪਲਾਟ ਦੇ ਵਿੱਚ ਪਹਿਲਾਂ ਟੋਇਆ ਪੁੱਟਦੀ ਹੈ ਅਤੇ ਫਿਰ ਦਿਲਰੋਜ਼ ਨੂੰ ਉੱਥੇ ਜ਼ਿੰਦਾ ਹੀ ਦਫਨਾ ਦਿੰਦੀ ਹੈ। ਉਸ ਬੱਚੀ ਦਾ ਸਾਹ ਕਿਵੇਂ ਘੁੱਟਿਆ ਹੋਵੇਗਾ, ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਵੀ ਇਹੀ ਆਇਆ ਸੀ ਕਿ ਦਮ ਘੁੱਟਿਆ, ਉਸਦੇ ਮੂੰਹ ਦੇ ਅੰਦਰੋਂ ਤੱਕ ਮਿੱਟੀ ਭਰੀ ਹੋਈ ਸੀ ਅਤੇ ਮਾਂ ਇਹ ਦੱਸਦੇ ਹੋਏ ਚੀਖ ਚੀਖ ਕੇ ਰੋ ਪੈਂਦੀ ਸੀ। ਫਿਲਹਾਲ ਇਹ ਸਾਰੀ ਘਟਨਾ ਵਾਪਰ ਚੁੱਕੀ ਹੈ, ਭਾਵੇਂ ਨੂੰ ਕਿੰਨੇ ਵੀ ਸਾਲ ਕਿਉਂ ਨਾ ਹੋ ਜਾਣ, ਮਾਪੇ ਇਹ ਸਭ ਕੁਝ ਕਦੇ ਵੀ ਨਹੀਂ ਭੁਲਾ ਸਕਦੇ। ਦਿਲਰੋਜ਼ ਦੇ ਪਿਤਾ ਜੀ ਅੱਜ ਵੀ ਉਸਦੀਆਂ ਤਸਵੀਰਾਂ ਵੀਡੀਓ ਸਾਂਝੀ ਕਰਕੇ ਇਹੀ ਲਿਖਦੇ ਨੇ ਕਿ ਦਿਲਰੋਜ਼ ਵਾਪਸ ਆ ਜਾ। ਫਿਲਹਾਲ ਉਹਨਾਂ ਦੇ ਵੱਲੋਂ ਇਹੀ ਕਿਹਾ ਗਿਆ ਕਿ ਨੀਲਮ ਨੂੰ ਅਜਿਹੀ ਸਜ਼ਾ ਦਿੱਤੀ ਜਾਵੇ ਜੋ ਕਿ ਉਹ ਚਾਹੁੰਦੇ ਨੇ। ਉਹਨਾਂ ਨੇ ਪਹਿਲਾਂ ਹੀ ਮੰਗ ਕੀਤੀ ਸੀ ਕਿ ਇਸ ਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ, ਮੌਤ ਦੀ ਸਜ਼ਾ ਦੀ ਮੰਗ ਕੀਤੀ ਗਈ ਸੀ। ਪਰ ਫਿਲਹਾਲ ਹੁਣ ਸੋਮਵਾਰ ਨੂੰ ਹੀ ਪਤਾ ਲੱਗੇਗਾ ਕਿ ਆਖਿਰਕਾਰ ਇਸ ਜ਼ਾਲਿਮ ਔਰਤ ਨੂੰ ਅਦਾਲਤ ਦੇ ਵੱਲੋਂ ਕੀ ਸਜ਼ਾ ਦਿੱਤੀ ਜਾਵੇਗੀ। ਬਹਿਸ ਮੁਕੰਮਲ ਹੋ ਚੁੱਕੀ ਹੈ ਅਤੇ ਇਸ ਤੋਂ ਬਾਅਦ ਐਡਵੋਕੇਟ ਘੁੰਮਣ ਨੇ ਹੀ ਦੱਸਿਆ ਕਿ ਜੱਜ ਸਾਹਿਬ ਦੇ ਵੱਲੋਂ ਨੀਲਮ ਨੂੰ ਦੋਸ਼ੀ ਠਹਿਰਾਇਆ ਗਿਆ, ਪਰ ਉਸਨੂੰ ਸਜ਼ਾ ਸੋਮਵਾਰ ਨੂੰ ਸੁਣਾਈ ਜਾਣੀ ਹੈ। ਇਸ ਦੇ ਪਿੱਛੇ ਦਾ ਕਾਰਨ ਜੇਕਰ ਦੇਖਿਆ ਜਾਵੇ ਤਾਂ ਆਪਸੀ ਰੰਜਿਸ਼ ਰੱਖਦੀ ਸੀ ਉਹ, ਉਸਦਾ ਚਾਲ ਚੱਲਣ ਠੀਕ ਨਹੀਂ ਸੀ, ਜਿਸ ਦੇ ਚੱਲਦੇ ਹੋਏ ਨੀਲਮ ਨੂੰ ਮਿਲਣ ਦੇ ਲਈ ਹਰਪ੍ਰੀਤ ਆਪਣੀ ਪਤਨੀ ਨੂੰ ਰੋਕਦੇ ਸਨ, ਜਿਸ ਦੇ ਚੱਲਦੇ ਹੋਏ ਉਸਨੇ ਪੁੱਤ ਦੇ ਨਾਲ ਹਰਪ੍ਰੀਤ ਦੇ ਨਾਲ ਗੁੱਸਾ ਕੱਢਿਆ, ਰੰਜਿਸ਼ ਕੱਢੀ, ਬਦਲਾ ਲੈਣ ਦੀ ਠਾਣੀ ਅਤੇ ਇਸੇ ਵਿਚਾਲੇ ਹੀ ਉਸਨੇ ਦਿਲਰੋਜ਼ ਨੂੰ ਚੱਕ ਕੇ ਸਕੂਟਰੀ 'ਤੇ ਬਿਠਾਇਆ। CCTV ਕੈਮਰਿਆਂ ਦੇ ਵਿੱਚ ਸਭ ਕੁਝ ਰਿਕਾਰਡ ਹੋ ਗਿਆ ਅਤੇ ਕੁਝ ਸਮੇਂ ਬਾਅਦ ਉਸਦੀ ਜਾਨ ਲੈ ਲਈ। ਸਾਰੇ ਕਹਿੰਦੇ ਲੜਾਕੀ ਸੀ ਬਹੁਤ ਜ਼ਰਾ, ਕਿਉਂਕਿ ਆਪਦੇ ਮੇਰੀ ਬੇਟੀ 6 ਸਾਲ ਦੀ ਆ, ਮੇਰੇ ਕੋਈ ਰਹਿੰਦੀ ਆ, ਔਰ ਮੇਰੀ ਬੇਟੀ ਨਾਲ ਵੀ ਉਹ ਠੀਕ ਨਹੀਂ ਸੀਗੇ, ਮੇਰੀ ਬੇਟੀ ਨੂੰ ਵੀ ਕੁੱਟਦੀ ਮਾਰਦੀ ਸੀ, ਮਤਲਬ ਕਿ ਪੂਰੀ ਫੈਮਲੀ, ਮੈਂ ਨਹੀਂ ਕਹਿੰਦੀ ਨੀਲਮ, ਪੂਰੀ ਫੈਮਲੀ। ਕਦੋਂ ਵਿਆਹ ਹੋਇਆ ਸੀ ਤੁਹਾਡਾ? ਮੇਰੇ 2013 'ਚ ਹੋਇਆ ਸੀ ਮੇਰਾ ਵਿਆਹ। 2013 'ਚ? ਕਿੰਨੇ ਟਾਈਮ ਤੁਸੀਂ ਸਾਰੇ ਪਰਿਵਾਰ ਦੇ ਨਾਲ? ਮੈਂ ਉੱਥੇ ਰਹੀ 2 ਮਹੀਨੇ, ਮੈਂ ਇੱਕ ਰਹੀ ਸੀ, 4 ਮਹੀਨੇ ਮੈਂ ਇੱਕ ਰਹੀ ਹਾਂ ਬਸ। 2 ਮਹੀਨੇ ਮੈਂ ਵਿਆਹ ਤੋਂ ਬਾਅਦ ਰਹੀ ਹਾਂ, ਫਿਰ ਮੇਰੇ ਪ੍ਰੈਗਨੈਂਟ ਸੀ, ਇਹਨਾਂ ਨੇ ਪਹਿਲਾਂ ਮੇਰੀ ਬੇਟੀ ਟੈਸਟ ਕਰਵਾਇਆ ਆਪਣੇ ਜਮਾਲਪੁਰ ਏਸ਼ੀਅਨ ਹੋਸਪਿਟਲ, ਚੈੱਕਅਪ ਕਰਾਇਆ ਅਤੇ ਉੱਥੋਂ ਪਤਾ ਲੱਗ ਗਿਆ ਮੇਰੇ ਪੇਟ 'ਚ ਬੇਟੀ ਆ। ਪਹਿਲਾਂ ਇਹਨਾਂ ਨੇ ਕਿਹਾ ਵੀ ਅਬੋਰਸ਼ਨ ਕਰਵਾ ਦਿਉ, ਬੇਟੀ ਅਸੀਂ ਰੱਖ ਲਈ,
ਜੇ ਬੇਟਾ ਹੋਊਗਾ ਅਸੀਂ ਰੱਖਾਂਗੇ, ਬੇਟੀ ਹੋਈ ਤਾਂ ਅਸੀਂ ਨਹੀਂ ਰੱਖਾਂਗੇ। ਚਲੋ ਮੈਂ ਆਪਣੀ ਮੰਮਾ ਨੂੰ ਦੱਸਿਆ ਰੋਂਦੇ ਰੋਂਦੇ, ਮੈਂ ਕਿਹਾ ਮੰਮੀ ਇੱਦਾਂ ਦੀ ਆਹ ਗੱਲ ਆ, ਕਹਿੰਦੇ ਨਹੀਂ। ਚਲੋ ਮੰਮੀ ਸਮਝਾਉਣ ਆਏ ਵੀ ਚਲੋ ਬੇਟੀ ਹੋਈ ਸਾਨੂੰ ਦੇ ਰਹੇ, ਅਸੀਂ ਪਾਲ ਕੇ ਤੁਹਾਨੂੰ ਦੇ ਰਹਾਂਗੇ, ਚਲੋ ਜੋ ਹੈਗਾ ਵਾ। ਕਹਿੰਦੇ ਤੁਸੀਂ ਆਪਣੀ ਬੇਟੀ ਲੈ ਜਾਓ, ਅਸੀਂ ਰੱਖਣੀ ਨਹੀਂ। ਮੰਮੀ ਕਹੇ ਚਲੋ ਠੀਕ ਆ, ਕੁੱਟ ਮਾਰ ਕੇ ਪਹਿਲਾਂ ਕਹਿੰਦੇ ਮੰਮੀ ਸਮਝਾਇਆ ਮੈਨੂੰ ਰੱਖ ਲਿਆ, ਫਿਰ ਬਾਅਦ 'ਚ ਉਸੇ ਦਿਨ ਹੀ ਮੈਨੂੰ ਕੁੱਟ ਮਾਰ ਕੇ ਘਰੋਂ ਬਾਹਰ ਕੱਢਤਾ। ਆਪਸ 'ਚ ਨਾ ਇੱਕ ਥਾਲੀ 'ਚ ਖਾਣਾ ਪੀਣਾ ਵਿਸ਼ਵਾਸ ਬਹੁਤ ਜ਼ਿਆਦਾ ਸੀ। ਮੈਂ ਜਾ ਕੇ ਆਂਟੀ ਉਹਨਾਂ ਨੇ ਕਹਿਣਾ, ਆਂਟੀ ਜੀ ਅੱਜ ਮੇਰੇ ਨਾਲ ਇੱਦਾਂ ਕੀਤਾ, ਇਹਨਾਂ ਨੇ ਇੱਦਾਂ ਹੋਇਆ ਵੀ ਤੁਸੀਂ ਮਾੜਾ ਜਿਹਾ ਕਰੋ। ਮੈਂ ਪੌਣੇ ਸਾਹ ਚੌਂਕੀ 'ਚ ਵੀ ਜਾਣਾ, ਉਹਨਾਂ ਨੇ ਕਹਿਣਾ ਬੰਦੇ ਹੀ ਬਹੁਤ ਵਧੀਆ ਨੇ ਇਹ ਜੀ। ਆਂਟੀ ਉਹਨਾਂ ਨੇ ਵੀ ਕਹਿਣਾ ਬਹੁਤ ਵਧੀਆ ਨੇ ਪੁੱਤ, ਨਹੀਂ ਚਲੋ ਕੋਈ ਨਾ ਆਪਸ 'ਚ ਚਲੋ ਨਵਾਂ ਨਵਾਂ ਤੇਰਾ ਵੀ ਹੈਗਾ। ਮੈਂ ਕਿਹਾ ਨਹੀਂ ਆਂਟੀ ਨਹੀਂ ਠੀਕ ਹੈਗੇ, ਆਪਣੇ ਸਖੇ ਦੋ ਬੇਟੇ ਨੇ ਉਹਨਾਂ ਨੂੰ ਫੜ ਕੇ ਕੰਧਾਂ 'ਚ ਮਾਰਦੀ ਸਿਰ, ਨੋ ਨਾ ਤਾਂ ਬੱਚਿਆਂ ਨੂੰ ਨੋ ਚਲਾਉਂਦੀ ਸੀ, ਨਾਖੂਨ ਐਡੇ ਵੱਡੇ ਵੱਡੇ ਸੀ ਨਾ ਵੀ ਨੋ ਚਲਾਉਂਦੀ ਸੀ ਉਹਨੂੰ, ਆ ਇੱਥੋਂ ਨਿਸ਼ਾਨ ਇੱਥੋਂ ਨਿਸ਼ਾਨ। ਮੈਨੂੰ ਅੱਜ ਤੋਂ 6 ਮਹੀਨੇ ਪਹਿਲਾਂ ਨਾ ਮੈਨੂੰ ਇਹ ਮੈਨੂੰ ਸਾਨੂੰ ਘਰੋਂ ਬਾਹਰ ਕੱਢਿਆ ਸਾਡੇ ਮੇਰੇ ਨਾ ਫੈਮਿਲੀ ਨੇ ਮੈਨੂੰ ਫੋਨ ਕਰਕੇ ਕਹਿਤਾ ਵੀ ਤੁਸੀਂ ਨਾ ਇਹਨੂੰ ਲੈ ਜਾਓ, ਅਸੀਂ ਰੱਖਣੀ ਨਹੀਂ ਹੈਗੀ। ਕਿਉਂਕਿ ਮੈਨੂੰ ਇਹਨਾਂ ਦਾ ਘਰ ਦਾ ਪੂਰਾ ਪਤਾ ਸੀ ਵੀ ਇਹ ਕੁਛ ਕਰ ਰਹੇ ਨੇ, ਅਤੇ ਮੈਂ ਇਹਨਾਂ ਨੂੰ ਮੈਂ ਮੰਮੀ ਨੂੰ ਕਿਹਾ, ਮੈਂ ਕਿਹਾ ਮੰਮੀ ਮੰਮੀ ਕਹੇ ਨਹੀਂ ਆਪਾਂ ਤੇਰੀ ਗੱਲ ਠੰਡੀ ਪਾ ਕੇ ਜਾਵਾਂਗੇ, ਚਲੋ ਕੋਈ ਨਾ। ਮੰਮੀ ਵੱਡੇ ਸਿਸਟਰ ਛੋਟਾ ਬ੍ਰਦਰ ਆਇਆ, ਮੰਮੀ ਕਹੇ ਸਮਝਾ ਕੇ ਆਪਾਂ ਇਹਨਾਂ ਨੂੰ ਇੱਥੇ ਰੱਖ ਜਾਂਦੇ ਹਾਂ, ਚਲੋ ਕੋਈ ਨਾ ਵੀ। ਕਹਿੰਦੇ ਫਿਰ ਤੂੰ ਬਾਅਦ 'ਚ ਕਹੇਂਗੀ, ਮੈਂ ਚਲੋ ਹੁਣ ਦਾ ਇਹ ਮੇਰੇ ਵੱਡੇ ਸਿਸਟਰ ਦੀ ਆ, ਮੇਰੀ ਤਾਂ ਬਹੁਤ ਜ਼ਿਆਦਾ ਕੁੱਟਿਆ ਮੈਂ, ਹਾਲੇ ਵੀ ਇਹਨਾਂ ਨੇ ਕੁੱਟਿਆ ਪੂਰੀ ਫੈਮਿਲੀ ਨੇ। ਆਹ ਮੇਰੇ ਬ੍ਰਦਰ ਆ, ਇੱਦਾਂ ਆਪਣੇ ਬੇਟਿਆਂ ਨੂੰ ਨੋਚ ਲਾਉਂਦੀ ਸੀ ਇਹ। ਮੇਰੇ ਹਸਬੈਂਡ ਆ, ਆਹ ਮੇਰੇ ਮੇਰੇ ਹਸਬੈਂਡ ਨੇ ਮੇਰੇ ਸਿਸਟਰ ਦੇ ਵਾਈਪਰ ਮਾਰੇ, ਵਾਈਪਰ ਮਾਰ ਕੇ ਹੈ ਨਾ ਕੰਧਾਂ 'ਚ ਸਿਰ ਫੜ ਫੜ ਕੇ ਕੰਧਾਂ 'ਚ ਮਾਰੇ, ਇਹ ਬੇਹੋਸ਼ ਹੋ ਗਈ ਸੀ ਮੇਰੀ ਸਿਸਟਰ। ਮੇਰੇ ਤਾਂ ਉਹਨਾਂ ਨੇ ਹੁੰਦੇ ਨੇ ਮੋਟਰਸਾਈਕਲ ਦੀ ਸਟੈਂਡ, ਉਹ ਮੇਰੇ ਢਿੱਡ 'ਚ ਮਾਰੇ। ਮੈਂ ਹੁਣ ਠੀਕ ਹੋਈ ਹਾਂ, ਮੇਰਾ ਵੀ ਓਪਰੇਟ ਕਰਨ ਨੂੰ ਕਹਿੰਦਾ ਸੀ, ਮੈਂ ਚਲੋ ਆਪਣਾ ਇਲਾਜ ਕਰਵਾਇਆ, ਮੈਂ ਬਚ ਗਈ। ਮੈਨੂੰ ਉਮੀਦ ਨਹੀਂ ਸੀਗੀ, ਡਾਕਟਰ ਕਹਿਣ ਲੱਗ ਗਏ ਸੀ ਅੰਦਰ ਬਿਮਾਰੀ ਬਣਨੀ ਸ਼ੁਰੂ ਹੋ ਗਈ, ਟੈਟਨਸ ਫੈਲ ਗਿਆ ਰਿਹਾ ਅੰਦਰ। ਬਹੁਤ ਪਿਆਰੀ ਬੱਚੀ ਸੀ ਉਹ, ਪੂਰਾ ਸ਼ਿਓਰ ਸੀ ਕਿਉਂਕਿ 6 ਮਹੀਨੇ ਪਹਿਲਾਂ ਮੇਰੀ ਬੇਟੀ ਨੂੰ ਵੀ ਇਹੀ ਵਾਰਦਾਤ ਮੇਰੀ ਬੇਟੀ ਨਾਲ ਹੋਣੀ ਸੀ ਜਿਹੜੀ ਅੱਜ ਦਿਲ ਰੋਜ਼ ਨਾਲ ਹੋਈ ਆ, ਇਹੀ ਹੋਈ ਸੀ। ਮੈਂ 112 'ਤੇ ਕੰਪਲੇਂਟ ਲਿਖਾਈ ਕਰਦੀ ਸੀ, ਹਾਂਜੀ ਨਸ਼ੇ ਵਗੈਰਾ, ਪੂਰਾ ਪਰਿਵਾਰ ਸ਼ਾਮਿਲ ਆ, ਇਹ ਨਾ ਨੀਲਮ ਨਹੀਂ ਪੂਰਾ ਪਰਿਵਾਰ ਸ਼ਾਮਿਲ ਆ, ਪਰਿਵਾਰ ਪੂਰਾ ਆਹ ਮੇਰੇ ਹਸਬੈਂਡ ਰਾਜੇਸ਼ ਕੁਮਾਰ ਉਹ ਵੀ ਨਸ਼ਾ ਫੁੱਲ ਕਰਨਾ, ਉਹਨੇ ਡਿੱਗਦੇ ਡਿੱਗਦੇ ਨਿਆਣਾ ਡਰਿੰਕ ਕਰਨੀ, ਬੇਟੀ ਨੇ ਕਹਿਣਾ ਮੰਮਾ ਪਾਪਾ ਸ਼ਰਾਬ ਪੀਤੀ ਹੋਈ ਆ, ਬੜੀ ਸਮੈਲ ਆ ਰਹੀ ਆ, ਬੂਆ ਕੀ ਕਰ ਰਿਹਾ, ਬੂਆ ਨੇ ਤਾਂ ਪਤਾ ਨਹੀਂ ਕੀ ਕਰਨਾ, ਉਹ ਤਾਂ ਬੜਕਾ ਹੀ ਮਾਰਦੀ ਸੀ ਫੁੱਲ, ਬੜਕਾ ਹੀ ਮਾਰਨੀ ਆ, ਬੜਕਾ ਮਾਰ ਕੇ ਤਾਂ ਉਹਨਾਂ ਨੇ ਗੱਲਾਂ ਕਰਨੀਆਂ ਪੂਰੀ ਫੈਮਿਲੀ ਨੇ। ਫਾਂਸੀ ਦੀ ਐਜ਼ ਏ ਪੂਰੀ ਫੈਮਿਲੀ, ਨੀਲਮ ਨਹੀਂ, ਮੈਂ ਨੀਲਮ ਨੂੰ ਵਿੱਚ ਪੂਰੀ ਫੈਮਿਲੀ ਇਨਵੋਲਵ ਹੋਣੀ ਆ, ਹੈਗੀ ਆ ਐਜ਼ ਏ ਸ਼ੋਰ। ਜੇ ਉਹ ਛੁੱਟ ਕੇ ਬਾਹਰ ਆ ਜਾਣ ਨਾ ਤਾਂ ਪੂਰੀ ਹੋਰ ਵੀ ਬੱਚਿਆਂ ਨੂੰ ਖਤਰਾ ਵਾ। ਇਹਨਾਂ ਦਾ ਮੰਗ ਇਹ ਕਰਦਾ ਵਾਂ ਤੁਹਾਡੇ ਜ਼ਰੀਏ, ਪ੍ਰਸ਼ਾਸਨ ਜ਼ਰੀਏ, ਗੁਰੂ ਸਾਹਿਬ ਦੀ ਕਿਰਪਾ ਦੇ ਜ਼ਰੀਏ, ਪਹਿਲਾਂ ਗੁਰੂ ਸਾਹਿਬ ਦੀ ਕਿਰਪਾ ਦੇ ਜ਼ਰੀਏ, ਲੈ ਮੈਂ 5-4 ਇਹਦੇ ਨਾਲ ਗੱਲਾਂ ਕਰਨੀਆਂ ਚਾਹੁੰਦਾ। ਮੇਰੇ ਹੱਥ ਬੰਦ ਹੋਏ, ਹਵਾਲਾਤ ਦੇ ਵਿੱਚ ਬੰਦ ਕਰ ਦਿਓ, ਮੈਂ ਕੋਈ ਟੈਗ ਨਹੀਂ ਕਰਨਾ, ਕੁਛ ਨਹੀਂ ਕਰਨਾ। ਮੈਂ ਤਾਂ ਪਹਿਲੀ ਗੱਲ ਤਾਂ ਇਹ ਪੁੱਛਣਾ ਚਾਹੁੰਦਾ, ਨਹੀਂ ਸਾਡੇ ਪਰਿਵਾਰ ਤੋਂ ਗਲਤੀ ਕੀ ਹੋਈ ਆ, ਮੈਨੂੰ ਪਤਾ ਲੱਗੇ, ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਖੜ੍ਹ ਕੇ ਕਹਿੰਦਾ ਵਾਂ, ਨਹੀਂ ਮੈਨੂੰ ਪਤਾ ਲੱਗੇ ਮੇਰੇ ਤੋਂ ਗਲਤੀ ਕੀ ਹੋਈ ਆ। ਨੰਬਰ 2,
ਇਹ ਜਾਂਦੀ ਹੋਈ ਜਦੋਂ ਤੂੰ ਇਹਨੂੰ ਮਾਰਨ ਚਾਹੁੰਦੀ ਸੀ ਲੈ ਕੇ ਗਈਆਂ 10-15-20 ਕਿਲੋਮੀਟਰ 'ਤੇ, ਸਾਡੇ ਬਾਰੇ ਕੀ ਕਹਿੰਦੀ ਸੀ? ਤੈਨੂੰ ਤਾਂ ਭੂਆ ਭੂਆ ਕਹਿੰਦੀ ਹੋਣੀ ਆ, ਕਿਹੜੀ ਚੀਜ਼ ਮੰਗਦੀ ਸੀ? ਪਾਪਾ ਗਿਆ, ਦਾਦੂ ਗਿਆ, ਕੀ ਗਿਆ, ਸਾਨੂੰ ਪਤਾ ਤਾਂ ਲੱਗ ਜਾਵੇ।